বলে তুই জাস্ট কোলে চলে যা ওনার কিনা তো পুছ না তুমি রাজেওয়াল সাহেব তো রাজেওয়াল সাহেব আর সওয়াল দাস দো কি রাজেওয়াল সাহেব তো পুছনা চাওদে আ জি জসবীর সিং জি নে হশিয়ারপুর তো কি কি পুছনা চাওদে আ কি আসি জদে দুবারে ধরনে দে বিচ আয়ে আ এক বারি পিন্ড যা চুকে আসি কি জিন্নে ভি ইথে ইউনিয়ন দে দফতর নে ਉਹਨਾਂ ਤੇ ਸਭ ਤੇ ਤਾਲੇ ਲੱਗੇ ਹੋਏ ਆ ਕਿ ਪਹਿਲਾਂ ਉਹ ਇੱਥੇ ਸਾਨੂੰ ਅਵੇਲੇਬਲ ਮਿਲਦੇ ਸੀ ਕਿ ਕੋਈ ਪ੍ਰੋਬਲਮ ਆ ਜਾਵੇ ਜਾਂ ਕੋਈ ਵੀ ਸਾਡਾ ਮਸਲਾ ਆ ਜਾਵੇ ਅਸੀਂ ਜਾ ਸਕਦੇ ਸੀ ਹੁਣ ਪਿਛਲੇ ਕਈ ਦਿਨਾਂ ਤੋਂ ਉਹ ਸਾਰੇ ਦਫ਼ਤਰ ਉਹਨਾਂ ਦੇ ਬੰਦ ਹੈ ਕਿ ਸਾਨੂੰ ਕੋਈ ਇਦਾਂ ਦੀ ਸਮੱਸਿਆ ਆ ਜਾਵੇ ਇੱਥੇ ਧਰਨੇ ਦੇ ਵਿੱਚ ਕਿ ਅਸੀਂ ਕੋਈ ਆਪਦੀ ਗੱਲ ਰੱਖਣੀ ਹੋਵੇ ਜਾਂ ਕੁਝ ਸੁਝਾਅ ਲੈਣਾ ਹੋਵੇ ਤਾਂ ਅਸੀਂ ਕਿਹਦੇ ਤੱਕ ਪਹੁੰਚ ਸਕਦੇ ਹਾਂ ਮੇਰੇ ਨਾਲ ਸਾਰੇ ਜਿਹੜੇ ਸਾਥੀ ਬੈਠੇ ਨੇ ਮੈਂ ਸਾਰਿਆਂ ਦੀ ਜਾਣਕਾਰੀ ਜੀ ਦੱਸਦੇ ਜੇ ਕਿਤੇ ਕਿਸੇ ਨੇ ਬੰਦ ਕੀਤਾ ਮੈਂ ਸਮਝਦਾ ਠੀਕ ਨਹੀਂ ਕੀਤਾ ਸਾਰੇ ਦਫ਼ਤਰ ਖੁੱਲੇ ਮਿਲਣਗੇ ਜਦੋਂ ਵੀ ਕਿਸੇ ਨੂੰ ਕੋਈ ਮੁਸ਼ਕਲ ਹੋਈ ਸਾਰੇ ਹਾਜ਼ਰ ਹੋਣਗੇ ਪਰਸੋਂ ਚੌਥ ਅੱਗ ਲੱਗੀ ਸਾਰੇ ਲੀਡਰ ਰਾਤ ਨੂੰ ਉੱਥੇ ਹਾਜ਼ਰ ਖੜੇ ਸੀ ਕੋਈ ਪਿੱਛੇ ਨਹੀਂ ਭੱਜਿਆ ਸਾਰੇ ਤੁਹਾਡੇ ਨਾਲ ਨੇ ਕਿਸੇ ਦੀ ਕੋਈ ਮੁਸ਼ਕਲ ਹੋਏਗੀ ਜਦੋਂ ਜੇ ਇੱਕ ਜਥੇਬੰਦੀ ਦੇ ਦਫ਼ਤਰ ਚ ਨਹੀਂ ਮਿਲਦਾ ਤਾਂ ਦੂਜੇ ਚ ਰਾਤ ਨੂੰ ਮੇਰੇ ਘਰ ਕਿਸੇ ਵੇਲੇ ਹੋ ਸਕਦੀ ਹੈ ਕੁਤਾਹੀ ਦੂਜੀ ਦੇਹਬੰਦੀ ਦੇ ਦਫ਼ਤਰ ਜਾ ਕੇ ਸਪੋਰਟ ਮੰਗੋਗੇ ਤਾਂ ਉਹੀ ਸਪੋਰਟ ਤੁਹਾਨੂੰ ਹਰ ਕੋਈ ਦੇਗਾ ਬਹੁਤ ਬਹੁਤ ਧੰਨਵਾਦ ਇੱਕ ਰਾਜੇਵਾਲ ਸਾਹਿਬ ਬਲਕਿ ਮੈਂ ਤੁਸੀਂ ਇੱਕ ਗੱਲ ਜ਼ਰੂਰ ਕਲੀਅਰ ਕਰਿਓ ਜੀ ਕਿ ਜੋ 22 ਤਰੀਕ ਦੀ ਕਾਲ ਹੈ ਇੱਕ ਵਾਰੀ ਸਾਰੇ ਧਿਆਨ ਨਾਲ ਸੁਣ ਲੈ ਕਿ 22 ਤਰੀਕ ਨੂੰ ਕਿਵੇਂ ਤੇ ਕੀ ਕਰਨਾ ਹੈ ਉਹ ਇੱਕ ਵਾਰੀ ਰਾਜੇਵਾਲ ਸਾਹਿਬ ਤੁਸੀਂ ਮਾੜਾ ਜਿਹਾ ਕਲੀਅਰ ਕਰ ਦਿਓ ਕੀ ਕਰਨਾ ਉਸ ਦਿਨ ਔਰ ਅਗਲਾ ਕੋਈ ਵੀ ਬੰਦਾ ਕੁਐਸਚਨ ਪੁੱਛਣਾ ਚਾਹੁੰਦਾ ਉਹ ਰੈਡੀ ਰੱਖਿਓ ਜੇ ਜੈਸਰ ਹੀ ਉਹਨਾਂ ਤੋਂ ਪੁੱਛ ਲੈਣਗੇ ਸਾਰੇ ਮੋਰਚੇ ਚਾਹੇ ਭੈਣਾਂ ਭਰਾਵਾਂ ਦੀ ਜਾਣਕਾਰੀ ਵੀ ਮੈਂ ਦੱਸਣਾ ਚਾਹੁੰਦਾ ਹਾਂ ਤੁਸੀਂ ਦੇਖਿਆ 26 ਜਨਵਰੀ ਨੂੰ ਇੱਥੇ ਕੀ ਹੋਇਆ ਸੀ ਅੱਜ ਫੇਰ ਸਾਡੀਆਂ ਵਿਰੋਧੀ ਤਾਕਤਾਂ ਸਰਗਰਮ ਨੇ ਸਰਕਾਰ ਦੀਆਂ ਏਜੰਸੀਆਂ ਫੇਰ ਸਰਗਰਮ ਨੇ ਅਸੀਂ ਇਸੇ ਲਈ ਸਾਡੀ ਤਾਕਤ ਹੈ ਚਾਹੀਏ ਅਸੀਂ ਇੱਕ ਦਿਨ ਵਿੱਚ ਲੱਖ ਬੰਦਾ ਭੇਜ ਸਕਦੇ ਹਾਂ ਦਿੱਲੀ ਵਾਲੇ ਪਾਸੇ ਪਰ ਉਹਦੇ ਵਿੱਚ ਸਰਕਾਰੀ ਏਜੰਸੀਆਂ ਵੜ ਕੇ ਫੇਰ ਗੜਬੜ ਕਰਨਾ ਚਾਹੁੰਦੀਆਂ ਨੇ ਇਸੇ ਲਈ ਅਸੀਂ ਫੈਸਲਾ ਕੀਤਾ ਹੈ ਭਈ 200 ਕਿਸਾਨ ਹਰ ਰੋਜ਼ ਜਥਾ ਬਣਾ ਕੇ ਉਹਨਾਂ ਦੇ ਗਲਾਂ ਵਿੱਚ ਉਹਨਾਂ ਦੀ ਆਈਡੈਂਟੀਫਿਕੇਸ਼ਨ ਉਹਨਾਂ ਦੇ ਕਾਰਡ ਗਲਾਂ ਚ ਪਾਏ ਹੋਣਗੇ ਆਧਾਰ ਕਾਰਡ ਨਾਲ ਫੋਟੋ ਲੱਗੀ ਹੋਈ ਉਹ ਅਟੈਸਟ ਕੀਤੀ ਹੋਈ ਦਫ਼ਤਰ ਤੋਂ ਜਿੰਨੇ 200 ਦੇ 200 ਕਿਸਾਨ ਜਾਣਗੇ ਉਹਨਾਂ ਦੇ ਗਲ ਚ ਆਈਡੈਂਟੀ ਕਾਰਡ ਹੋਣਗੇ ਇਧਰ ਉਧਰ ਕੋਈ ਕੁਝ ਕਹੇ ਕਿਸੇ ਦੀ ਗੱਲ ਨਹੀਂ ਸੁਣਨੀ ਜਿੱਥੇ ਜਦੋਂ ਤੁਹਾਨੂੰ ਤੋਰਾਂਗੇ ਜਥੇ ਨੂੰ ਲੀਡਰਸ਼ਿਪ ਇਕੱਠੇ ਹੋ ਕੇ ਤੋਰੇਗੀ ਉਹਨਾਂ 200 ਤੋਂ ਬਿਨਾਂ 200 ਇੱਕਵਾਂ ਬੰਦਾ ਵੀ ਨਹੀਂ ਜਾਏਗਾ ਜਿਹਨੂੰ ਕਾਰਡ ਗਲਤ ਪਾ ਕੇ ਕਲੀਅਰ ਨਹੀਂ ਕੀਤਾ ਉਹ ਨਹੀਂ ਜਾਏਗਾ 200 ਬੰਦਾ ਹਰ ਰੋਜ਼ ਦਿੱਲੀ ਨੂੰ ਮਾਰਚ ਕਰੇਗਾ ਅਸੀਂ ਜੰਤਰ ਮੰਤਰ ਜਾਵਾਂਗੇ ਉੱਥੇ ਜਾ ਕੇ ਧਰਨਾ ਦੇਵਾਂਗੇ ਨਾਰੇ ਮਾਰਾਂਗੇ ਪਾਰਲੀਮੈਂਟ ਦੇ ਅੱਗੇ ਇਹ ਮੋਰਚੇ ਦਾ ਫੈਸਲਾ ਇਸ ਲਈ ਮੇਰੀ ਬੇਨਤੀ ਹੈ ਜੇ ਤੁਹਾਨੂੰ ਕੋਈ ਇਧਰੋਂ ਉਧਰੋਂ ਆ ਕੇ ਹੋਰ ਕਹੇ ਵੀ ਕੋਈ ਨਹੀਂ ਜਾਏਗਾ ਸਿਰਫ ਤੇ ਸਿਰਫ ਉਹੀ 200 ਬੰਦੇ ਜਾਣਗੇ ਜਿਨ੍ਹਾਂ ਨੂੰ ਰੋਜ਼ ਅਸੀਂ ਆਈਡੈਂਟੀ ਕਾਰਡ ਦੇ ਕੇ ਨਾਲ ਕੋਈ ਇੱਕ ਵੱਡਾ ਲੀਡਰ ਨਾਲ ਤੋਰ ਕੇ ਜਗ੍ਹਾ ਭੇਜਿਆ ਕਰਾਂਗੇ ਇੱਕ ਰਾਜੇਵਾਲ ਸਾਹਿਬ ਕੇ ਕਿੱਥੇ ਗ੍ਰਿਫਤਾਰੀ ਹੋਊਗੀ ਇੱਕ ਗੱਲ ਹੋਰ ਰਹਿ ਗਈ ਸੀ 26 ਤਾਰੀਖ ਨੂੰ ਸਾਡੇ ਅੰਦੋਲਨ ਨੂੰ 8 ਮਹੀਨੇ ਹੋ ਰਹੇ ਨੇ ਉਸ ਦਿਨ ਬੀਬੀਆਂ ਦਾ ਜਥਾ ਜਾਏਗਾ ਸਿਰਫ ਬੀਬੀਆਂ ਦਾ ਜਥਾ 9 ਤਾਰੀਖ ਨੂੰ 9 ਅਗਸਤ ਨੂੰ ਅੰਗਰੇਜ਼ੋ ਭਾਰਤ ਛੱਡੋ ਦਾ ਨਾਰਾ ਲੱਗਿਆ ਸੀ 9 ਅਗਸਤ ਨੂੰ ਵੀ ਬੀਬੀਆਂ ਦਾ ਜਥਾ ਜਾਏਗਾ ਦੋ ਜਥੇ ਬੀਬੀਆਂ ਦੇ ਜਾਣਗੇ ਗ੍ਰਿਫਤਾਰੀ ਹੁੰਦੀ ਤਾਂ ਉੱਥੇ ਅਰੈਸਟ ਹੋ ਜਾਣ ਇਹ ਵੀ ਫੈਸਲਾ ਹੈ ਤੁਸੀਂ ਜਾਣਾ ਹੈ ਜਿੱਥੇ ਤੁਹਾਨੂੰ ਰੋਕਣਗੇ ਤੁਸੀਂ ਉੱਥੇ ਹੀ ਰੁਕ ਜਾਣਾ ਹੈ ਜੇ ਸਰਕਾਰ ਗ੍ਰਿਫਤਾਰੀ ਕਰਦੀ ਹੈ ਤਾਂ ਤੁਸੀਂ ਗ੍ਰਿਫਤਾਰੀ ਦੇ ਦੇਣੀ ਹੈ ਇੱਕ ਬੇਨਤੀ ਕਰਾਂ ਅਸੀਂ ਫੈਸਲਾ ਕੀਤਾ ਸਾਰੇ ਨੂੰ ਹਦਾਇਤਾਂ ਕੀਤੀਆਂ ਜਿਹੜੇ ਜਿੱਥੇ ਚ ਜਾਣ ਉਹਨਾਂ ਚ ਅਮਲੀ ਕੋਈ ਨਾ ਆਵੇ ਉਹ ਚੌਥੇ ਇੱਕ ਦਿਨ ਕਹਿਣ ਲੱਗ ਜਾਂਦੇ ਨੇ ਮੇਰੀ ਜ਼ਮਾਨਤ ਕਰਾਓ ਜ਼ਮਾਨਤ ਅਸੀਂ ਕਰਾਉਂਗੇ ਨਹੀਂ ਇਸ ਕਰਕੇ ਜਿਹੜਾ ਕੋਈ ਫਰੀਬ ਖਾਂਦਾ ਹੈ ਭੁੱਕੀ ਖਾਂਦਾ ਹੈ ਇਹੋ ਜਿਹੇ ਜਥੇ ਵਿੱਚ ਕੋਈ ਨਾ ਭੇਜੋ ਹੋ ਸਕਦਾ ਉੱਥੇ ਜੇਲ ਯਾਤਰਾ ਲੰਬੀ ਕਰਨੀ ਪਵੇ ਕੋਈ ਜ਼ਮਾਨਤ ਨਹੀਂ ਕਰਾਏਗਾ ਜੇ ਸਰਕਾਰ ਨਹੀਂ ਗ੍ਰਿਫਤਾਰ ਕਰਦੀ ਤਾਂ ਉੱਥੋਂ ਜਿਵੇਂ ਪਹਿਲਾਂ ਮੈਂ ਕਹਿ ਕੇ ਆ ਗਿਆ ਅਸੀਂ ਜੰਤਰ ਮੰਤਰ ਤੋਂ ਪਾਰਲੀਮੈਂਟ ਵੱਲ ਮਾਰਚ ਕਰਾਂਗੇ ਉੱਥੇ ਸਾਰਾ ਦਿਨ ਸਟੇਜ ਚੱਲੇਗੀ ਔਰ ਸ਼ਾਮ ਨੂੰ ਉਹ ਵਾਪਸ ਇੱਥੇ ਆ ਜਾਣਗੇ ਅਗਲੇ ਦਿਨ ਦੂਜਾ ਜਥਾ ਫੇਰ ਜਾਏਗਾ
ਮੈਨੂੰ ਲੱਗਦਾ ਰਾਜੇਵਾਲ ਸਾਹਿਬ ਇਹ ਚੀਜ਼ ਕਹਿ ਸਕਦੇ ਆ ਕਿ ਅਮਲੀ ਇੰਨੀ ਕੁ ਦ੍ਰਿੜ ਨਿਸ਼ਚੇ ਕਰ ਲਏ ਕਿ ਗ੍ਰਿਫਤਾਰੀ ਵੀ ਦੇ ਦੇ ਔਰ ਭੁੱਕੀ ਵੀ ਛੱਡ ਦੇ, ਦੋਨੇ ਚੀਜ਼ਾਂ ਹੀ ਹੋ ਜਾਣ। ਇੱਕ ਮੇਰੀ ਜਿਵੇਂ ਚਰਚਾ ਦੀ ਗੱਲ ਕੀਤੀ ਸੀ, ਇੱਕ ਇਹ ਸੁਜੈਸ਼ਨ ਸੀ ਕਿ ਸੰਬੋਲਿਕਲੀ ਪੂਰੇ ਵਰਲਡ ਨੂੰ ਵਿਖਾਉਣ ਲਈ ਸਾਡੇ ਤੇ ਹਿੰਸਾ ਦਾ ਇੱਕ ਦੋਸ਼ ਲਾਇਆ ਗਿਆ ਸੀ 26 ਜਨਵਰੀ ਦਾ। ਜੇ ਅਸੀਂ ਆਪਦੇ ਹੱਥ ਬੰਨ ਕੇ ਜਾਈਏ ਕਿ ਲਓ ਵੀ ਸਾਡੇ ਹੱਥ ਤਾਂ ਬੰਨੇ ਨੇ, ਹੁਣ ਤਾਂ ਅਸੀਂ ਹਿੰਸਾ ਨਹੀਂ ਕਰ ਸਕਦੇ, ਹੁਣ ਦੱਸੋ ਤੁਸੀਂ ਕੀ ਕਰੋਗੇ। ਇਹ ਮੇਰੀ ਇੱਕ ਸੁਜੈਸ਼ਨ ਹੈ, ਇਹਦੇ ਬਾਰੇ ਜ਼ਰੂਰ ਸੋਚਿਓ ਜੇ, ਤੁਸੀਂ ਫੈਸਲਾ ਲਿਓ ਜੇ। ਜਸ ਅਗਲਾ ਕੁਐਸਚਨ ਪਲੀਜ਼ ਦੱਸੋ ਜੀ। ਥੈਂਕ ਯੂ ਸੋ ਮਚ। ਮੈਂ ਬਿਹਾਰ ਸੇ, ਮੇਰਾ ਨਾਮ ਜਹਾਂਗੀਰ ਹੈ। ਸਾਂਝੀ ਸੰਤ ਨੇ ਸਾਂਝੇ ਸੰਘਰਸ਼ ਮੇ, ਸਾਂਝੀ ਲੜਾਈ ਮੇ ਇੱਕ ਸਾਂਝੇ ਪ੍ਰੋਗਰਾਮ ਕੋ ਯਹਾਂ ਪੇ ਆਰਗੇਨਾਈਜ਼ ਕਰਨੇ ਕੀ ਕੋਸ਼ਿਸ਼ ਕੀ। ਮੈਂ ਸਭਸੇ ਪਹਿਲੇ ਸਾਂਝੀ ਸੰਤ ਕਾ ਧੰਨਵਾਦ ਕਰਨਾ ਚਾਹੂੰਗਾ, ਕਿਉਂਕਿ ਹਮਨੇ ਪਹਿਲੇ ਦਿਨ ਸੇ ਦੇਖਾ, ਮੈਂ ਵੀ ਸੰਘਰਸ਼ ਮੇ ਪਹਿਲੇ ਦਿਨ ਸੇ ਪਾਰਟੀਸਪੇਟ ਕਰ ਰਹਾ ਹੂੰ, ਸਪੋਰਟ ਕਰ ਰਹਾ ਹੂੰ। ਅਮੇਰਿਕਾ ਮੇ ਪ੍ਰੈਜ਼ੀਡੈਂਸ਼ੀਅਲ ਜੋ ਇਲੈਕਸ਼ਨ ਹੋਤਾ ਹੈ, ਉਸਨੇ ਪ੍ਰੈਜ਼ੀਡੈਂਸ਼ੀਅਲ ਡਿਬੇਟ ਵੀ ਹੋਤਾ ਹੈ, ਵੋ ਇੱਕ ਕਲਚਰ ਕੋ ਦਿਖਾਤਾ ਹੈ, ਜੋ ਇਹ ਕਲਚਰ ਹਮਾਰੇ ਯਹਾਂ ਕਹੀਂ ਦੇਖਣ ਕੋ ਨਹੀਂ ਮਿਲਤੀ। ਉਸੀ ਕਲਚਰ ਕੋ ਸਾਂਝੀ ਸੰਤ ਨੇ ਇਸ ਪ੍ਰੋਗਰਾਮ ਕੇ ਜ਼ਰੀਏ ਦਿਖਾਣੇ ਕੀ ਵੀ ਕੋਸ਼ਿਸ਼ ਕੀਆ ਕਿ ਜੋ ਵੀ ਹਮਾਰੇ ਅਗਵਾਈ ਹੈ ਉਨਸੇ ਆਪ ਸਾਹਮਣੇ ਮਾਰੀਏ, ਬਾਤ ਕੀਜੀਏ, ਆਪਣੀ ਜੋ ਵੀ ਆਪਕੇ ਅੰਦਰ ਵਿਚਾਰ ਹੈ, ਸਵਾਲ ਹੈ, ਰੱਖੀਏ। ਇਹ ਬਹੁਤ ਬੜੀ ਬਾਤ ਹੈ। ਮੈਂ ਖਾਸ ਕਰ ਸਾਂਝੀ ਸੰਤ ਕੀ ਇਸ ਕੋਸ਼ਿਸ਼ ਕੋ, ਇਸ ਆਰਗੇਨਾਈਜ਼ ਕੇ ਪ੍ਰੋਗਰਾਮ ਕੋ ਮੈਂ ਧੰਨਵਾਦ ਕਰਨਾ ਚਾਹੂੰਗਾ। ਸਾਂਝੀ ਸੰਤ ਮੇ ਇੱਕ ਔਰ ਕਾਮ ਵੀ ਹੋਤਾ ਹੈ, ਬੱਚੋਂ ਕੋ ਪੜ੍ਹਾਈ ਕਰਨੇ ਕੇ ਲੀਏ, ਬੱਚੇ ਸਿਵਿਲੀਅਨ ਵੀ ਹੋਤੇ ਹੈ, ਝੁੱਗੀ ਝੋਪੜੀ ਕੇ ਬੱਚੇ ਵੀ ਹੋਤੇ ਹੈ। ਨਵਰੀਤ ਕੌਰ ਮੈਡਮ ਵਹਾਂ ਪੇ ਬੈਠੀ ਹੋਈ ਹੈ, 5 ਮਹੀਨੇ ਉਨਕਾ ਕਾਮ ਮੈਨੇ ਦੇਖਾ, ਵੋ ਵੀ ਬਹੁਤ ਕਾਬਿਲ ਤਾਰੀਫ ਹੈ, ਮੈਂ ਉਨਕਾ ਵੀ ਧੰਨਵਾਦ ਕਰਨਾ ਚਾਹੂੰਗਾ। ਮੈਂ ਸਵਾਲ ਪੇ ਆਉਣਾ ਚਾਹਤਾ ਹੂੰ, ਕਿਉਂਕਿ ਇਹ ਪ੍ਰੋਗਰਾਮ ਇੱਕ ਸਵਾਲ ਹੈ ਲੋਕਾਂ ਕੇ ਮਨ ਕਾ ਵਿਚਾਰ ਕਾ। ਲਕਸ਼ਮਣ ਪਾਲ ਸਰ ਮੈਂ ਆਪਕਾ ਧੰਨਵਾਦ ਕਰੂੰਗਾ, ਰਾਜਪਾਲ ਸਰ ਆਪਕਾ ਧੰਨਵਾਦ, ਯਤਨੀਰ ਜੀ ਮੈਂ ਆਪਕਾ ਧੰਨਵਾਦ ਕਰੂੰਗਾ, ਗੁਲਪਨਾਥ ਮੈਡਮ ਖਾਸ ਕਰ ਸੋਸ਼ਲ ਮੀਡੀਆ ਪੇ ਐਕਟਿਵ ਰਹਤੀ ਹੈ, ਸਰਕਾਰ ਕੀ ਗਲਤ ਨੀਤੀਓ ਪੇ ਉਹ ਸਵਾਲ ਉਠਾਤੀ ਹੈ, ਉਨਕਾ ਧੰਨਵਾਦ ਕਰਨਾ ਚਾਹੂੰਗਾ। ਖਾਸ ਕਰ ਸਵਾਲ ਇਹ ਹੈ, 26 ਤੱਕ ਜੋ ਅੰਦੋਲਨ ਏਕਤਾ ਔਰ ਅਖੰਡਤਾ ਕਾ ਪੂਰੀ ਤਰ੍ਹਾਂ ਸੇ ਹਮੇ ਦੇਖਣੇ ਕੋ ਮਿਲ ਰਹਾ ਥਾ, ਯੂਥ ਕੇ ਮਾਧਿਅਮ ਸੇ, ਤਮਾਮ ਲੋਗੋ ਕੇ ਮਾਧਿਅਮ ਸੇ, ਬਜ਼ੁਰਗੋ ਕੇ ਮਾਧਿਅਮ ਸੇ, ਸਰਕਾਰ ਔਰ ਸਰਕਾਰ ਕੇ ਮੀਡੀਆ ਨੇ ਜਿਸ ਤਰ੍ਹਾਂ 26 ਕੋ ਪ੍ਰੈਜ਼ੈਂਟ ਕਰਨੇ ਕੀ ਕੋਸ਼ਿਸ਼ ਕੀਆ ਔਰ ਵੋ ਸਵਾਲ ਕੋ ਵੀ ਰਗੜਨੇ ਕੀ ਕੋਸ਼ਿਸ਼ ਕੀਆ, ਜੋ ਸਵਾਲ ਨਵਰੀਤ ਕੌਰ ਸੇ ਮਾਧਿਅਮ ਸੇ ਆਇਆ ਥਾ, ਸੁਪਰੀਮ ਕੋਰਟ ਕੇ ਧਰਮਿੰਦਰ ਰਾਣਾ ਨੇ ਆਰਟੀਕਲ 19 ਕੋ ਕੋਟ ਕੀਆ ਔਰ ਬੋਲਾ ਸਰਕਾਰ ਕੀ ਗਲਤ ਨੀਤੀ ਕੇ ਖਿਲਾਫ ਹਮਾਰਾ ਸਵਾਲ ਕਰਨੇ ਕਾ ਰਾਈਟ ਹੈ, ਆਰਟੀਕਲ 19 ਨੇ ਹਮੇ ਰਾਈਟ ਦਿਆ ਹੈ। ਵੋ ਸਵਾਲ ਨੇ ਵੀ ਸਰਕਾਰ ਔਰ ਸਰਕਾਰ ਕੀ ਮੀਡੀਆ ਕੋ ਰਗੜਨੇ ਕੀ ਕੋਸ਼ਿਸ਼ ਕੀਆ, ਤਮਾਸ਼ਾ ਮਾਰਨੇ ਕੀ ਕੋਸ਼ਿਸ਼ ਕੀਆ। ਮੇਰਾ ਸਵਾਲ ਦੋ ਥਾ, ਸਰਕਾਰ ਜੋ ਨਾਰਾ ਦੇਤੀ ਅਬ ਤੱਕ ਆਈ ਹੈ, ਬਹੁਤ ਮਹਿਲਾਓਂ ਪਰ ਅਤਿਆਚਾਰ, ਅਬ ਕੀ ਬਾਰ ਭਾਜਪਾ ਸਰਕਾਰ, ਯਹ ਅੰਦੋਲਨ ਨੇ ਮਹਿਲਾ ਸਸ਼ਕਤੀਕਰਨ ਕੋ ਸਾਹਮਣੇ ਰੱਖਣੇ ਕੀ ਕੋਸ਼ਿਸ਼ ਕੀਆ, ਯਹੀ ਵਜਹ ਹੈ ਕਿ ਮਹਿਲਾਏ ਇਸ ਅੰਦੋਲਨ ਮੇ ਫਰੰਟ ਪੇ ਹੈ, ਫਰੰਟ ਪੇ ਥੀ ਔਰ ਫਰੰਟ ਪੇ ਰਹੇਂਗੀ। ਆਪਕਾ ਇਸ ਮਹਿਲਾਓਂ ਕੀ ਯੋਗਦਾਨ ਕੇ ਬਾਰੇ ਮੇ ਕਿਆ ਵਿਚਾਰ ਹੈ, ਆਪ ਰੱਖੀ, ਮੈਂ ਆਪਕਾ ਧੰਨਵਾਦ ਕਰੂੰਗਾ, ਸਵਾਗਤ ਕਰਨਾ ਚਾਹਤਾ ਹੂੰ। ਦੂਸਰਾ ਸਵਾਲ, 26 ਕੇ ਬਾਅਦ ਹਮ ਇਸ ਅੰਦੋਲਨ ਮੇ ਕਿਸ ਤਰ੍ਹਾਂ ਕਨਵੇ ਕਰੇਂਗੇ, ਯੂਥ ਕੀ ਏਕਤਾ ਔਰ ਅਖੰਡਤਾ ਕੇ ਮਾਧਿਅਮ ਸੇ, ਬਜ਼ੁਰਗੋ ਕੇ ਮਾਧਿਅਮ ਸੇ, ਤਮਾਮ ਉਨ ਵਿਲੇਜ ਕੇ ਮਾਧਿਅਮ ਸੇ, ਤਮਾਮ ਉਨ ਫੋਰਨ ਕੰਟਰੀ ਕੇ ਮਾਧਿਅਮ ਸੇ, ਜਿਸ 17 ਕੰਟਰੀ ਨੇ ਹਮਾਰੇ ਟ੍ਰੈਕਟਰ ਮਾਰਚ ਕੋ ਫੋਲੋ ਕੀਆ ਔਰ ਕੀਆ, ਮਹਿਲਾਓਂ ਨੇ ਔਰ ਤਮਾਮ ਕੰਟਰੀ ਕੇ ਲੋਗੋਂ ਨੇ ਟ੍ਰੈਕਟਰ ਮਾਰਚ ਨਿਕਾਲਾ, ਹਮਾਰਾ ਸਮਰਥਨ ਦਿਆ, ਚਾਹੇ ਵੋ ਨਵਰੀਤ ਕੌਰ ਕੇ ਆਵਾਜ਼ ਕੇ ਮਾਧਿਅਮ ਸੇ ਹੋ, ਬਹੁਤ ਸਾਰੀ ਚੀਜ਼ਾਂ। ਤੀਸਰਾ ਸਵਾਲ, ਹੈਲੋ, ਦੇਖਿਏ ਪਹਿਲੇ ਤੋਂ ਜਹਾਂ ਤੱਕ ਮਹਿਲਾਓਂ ਕੀ ਸ਼ਮੂਲੀਅਤ ਕਾ ਸਵਾਲ ਹੈ, ਮੁਝੇ ਲਗਤਾ ਹੈ ਕਿ ਕਿਸਾਨ ਅੰਦੋਲਨ ਮੇ ਪੰਜਾਬ ਕੇ ਕਿਸਾਨ ਸੰਗਠਨੋਂ ਨੇ ਔਰ ਇਸ ਪਰਟੀਕੁਲਰ ਅੰਦੋਲਨ ਮੇ ਮਹਿਲਾਓਂ ਕੀ ਸ਼ਮੂਲੀਅਤ ਜੋ ਹੈ ਵੋ ਬਹੁਤ ਬੜੀ ਹੈ, ਔਰ ਪੰਜਾਬ ਮੇ ਕਿਸਾਨ ਸੰਗਠਨੋਂ ਕੇ ਮਹਿਲਾ ਮੈਂਬਰਸ਼ਿਪ ਮਹਿਲਾਓਂ ਕੀ ਮੈਂਬਰਸ਼ਿਪ ਬਹੁਤ ਜ਼ਿਆਦਾ ਹੈ, ਔਰ ਇਸ ਅੰਦੋਲਨ ਮੇ ਆਜ ਵੀ ਮੈਨੇ ਦੇਖਾ ਜਾਂ ਆਪ ਦੇਖ ਰਹੇ ਹੋਗੇ ਕਿ ਟਿੱਕਰੀ ਬਾਰਡਰ ਪਰ ਵੀ ਯਹਾਂ ਤੌਰ ਪਰ ਵੀ ਮਹਿਲਾਓਂ ਕੀ ਸ਼ਮੂਲੀਅਤ ਠੀ ਹੈ ਔਰ ਰਹੇਗੀ। ਦੂਸਰਾ ਸਵਾਲ ਕਿਆ ਥਾ, ਹਾਂ, ਯੂਥ ਜੋ ਹੈ ਯੂਥ ਕੋ ਕੋਈ ਸੈਪਰੇਟਲੀ ਹਮ ਨਹੀਂ ਦੇਖਤੇ, ਲੇਕਿਨ ਫਿਰ ਵੀ 26 ਕੇ ਬਾਅਦ ਥੋੜੀ ਸੀ ਇਹ ਬਾਤ ਆਈ, ਯੂਥ ਕਿਸਾਨੀ ਕੇ ਬੱਚੇ ਹੈ, ਭਾਈ ਹੈ, ਬੇਟੇ, ਤੋ ਇਸ ਲਈ ਯੂਥ ਕੋ ਸਾਥ ਲੈਣਾ ਕਿਸਾਨ ਮੁੱਦੋ ਕੇ ਉੱਪਰ ਕਿਸਾਨ ਸੰਗਠਨੋਂ ਕੀ ਜ਼ਿੰਮੇਦਾਰੀ ਹੈ, ਨੰਬਰ 1। ਨੰਬਰ 2,
जहां तक यूथ को सेपरेटली डील करने की कोशिश है, वो किसान संगठनों ने, अगर आपको जानकारी ना हो तो बता दूं, पंजाब के कुछ किसान संगठनों ने अपने यूथ विंग फ्लोट किए हैं इस आंदोलन के समय में। नंबर थ्री, हमने वो हर कोशिश की है, कर रहे हैं, जैसे आज भी हमें जस बाजवा जी ने स्पेशली रखा भी और भी लोग रख रहे हैं। ये जो कोशिश है ये भी पूरे लोगों को, किसानों को, मजदूरों को, पर्टिकुलरली यूथ को अट्रैक्ट करने के लिए इस आंदोलन में लाने की ही एक एफर्ट है। धन्यवाद। संयुक्त मोर्चे को एक सवाल है जी, अंग्रेज सिंह वालों पंजाब यूनिवर्सिटी लुधियाना तो खेतीबाड़ी यूनिवर्सिटी कि गुरनाम सिंह चरूली जी सस्पेंड करने तो बाद जो जथेबंदियां ने की उन्होंने आपसी फुट पै चुकी है? नहीं नहीं, देखो बड़ी गल क्लीयर करता तुहानू, गुरनाम सिंह चरूली जी का अपना स्टेटमेंट है कि साडे अंदर कोई सस्पेंड नहीं है ना होगी। अठ महीनों तो बहुत सारे मतभेदों के नाल असीं काम कीते ने, साडे विच बहुत सारे सिद्धांतक विचारधारक बात पेवे सी, फौरी दापेचा ते भी नारे ते भी वखरे में आउंदे रहे ने। बहुत सारे इस तो पहला किसान लीडर ने जिहड़े उन्हां दे प्रति भी शासनी कारवाइयां कीतियां गईयां ने। सो इस करके कोई इस मोर्चे का अपना एक चलन है जिहदे विच गलतियां नूं कमियां नूं बिल्कुल खंगालिया जांदा, उहनूं तह ते लिया जांदा, तह ते लिआउण तों बाद एहसास कराया जांदा, उस तो बाद ही कोई इस किस्म की कार्रवाई होती है जो हुई है। संयुक्त किसान मोर्चा एक सी, एक है, एक रहूगा। अगला जो सवाल है जी, करम सिंह ते फतेह सिंह वालों सांझा सवाल है कि कौम की तरक्की लई सिख्या कितनी जरूरी है ते किसान अंदोलन किसके खिलाफ लड़ रहा है? बीजेपी के खिलाफ लड़ रहा है, मल्टीनेशनल कंपनियां के खिलाफ लड़ रहा है, जब पति राजनीति के खिलाफ लड़ रहे हैं? देखो एजुकेशन, मैं इतो दिल्ली के नाल ही एक छोटा जा इलाका है मेवात का जिथे मुस्लिम बहुत गिनती है, दिल्ली के नाल लगन के बावजूद भी उथे पढ़ाई लिखाई का पद्धर बहुत नीवा है। नंबर एक। नंबर दो, जिस कौम के अंदर, जिस इलाके के अंदर ज्ञान विज्ञान नहीं बढ़ूगा उथे विकास नहीं होगा, घट होगा। सो इस करके पढ़ाई लिखाई का विद्या बहुत जरूरी है। नंबर दो, जो सवाल के विच आया साडा अंदोलन बीजेपी कारपोरेट घराने राज सत्ता ते पूरे पूंजीवादी प्रबंध जिहड़ा साडे किसानां नूं लुट रहा है, इन्हां सारे दे विरोध च ये लड़ाई दे विच पहली बारी दुनिया के अंदर किसी अंदोलन ने एड्डी वड्डी राज सत्ता जिहदी सेवा करती है कारपोरेट घराने मोदी अडानी पैप्सी कोका कोला कारगिल सारियां नूं चुनौती दित्ती हुई है। सो अंदोलन का जिहड़ा निशाना है बड़ा स्पष्ट है, ये तुहानूं क्लीयर होना चाहिए। तुहाडा धन्नवाद। हाँ जी, अगला एक सवाल राजेवाल साहब दी है, डॉक्टर बोधदीप सिंह राठ, इशू देयर बी एनी बेसिक लेवल ऑफ क्वालिफिकेशन ਜਿਹੜੀਆਂ ਅਗਲੀਆਂ ਇਲੈਕਸ਼ਨਾਂ ਆ ਰਹੀਆਂ ਨੇ ਉਹਦੇ ਵਿੱਚ ਜਿਹੜੇ ਲੀਡਰਸ ਨੇ ਤੇ ਜੇ ਹੋਣੀ ਚਾਹੀਦੀ ਹੈ ਤਾਂ ਕੀ ਹੋਣੀ ਚਾਹੀਦੀ ਹੈ? ਮੈਂ ਬੇਨਤੀ ਕਰਾਂ, ਬਹੁਤ ਵਾਰੀ ਕਹਿ ਚੁੱਕੇ ਹਾਂ ਇਲੈਕਸ਼ਨ ਬਹੁਤ ਦੂਰ ਹੈ, ਹਾਲੇ ਸਾਨੂੰ ਮੋਰਚਾ ਲੜਨ ਦਿਓ, ਆਪਣਾ ਸਾਰਾ ਧਿਆਨ ਕੇਂਦਰਿਤ ਕਰੋ ਮੋਰਚੇ ਤੇ। ਜੇ ਅਸੀਂ ਆਪਣੀ ਐਨਰਜੀ ਇੱਧਰ ਵੇਸਟ ਕਰਨ ਲੱਗ ਪਏ ਨਾ ਮੋਰਚੇ ਵਾਲੇ ਪਾਸੇ ਖੁੱਲ੍ਹ ਗਏ ਤਾਂ ਲੋਕਾਂ ਨੇ ਮੈਨੂੰ ਪਤਾ ਲੀਡਰ ਨੂੰ ਕਿਸੇ ਨੂੰ ਨਹੀਂ ਬਖਸ਼ਣਾ, ਇਸ ਕਰਕੇ ਫਿਲਹਾਲ ਸਾਰਾ ਧਿਆਨ ਮੋਰਚੇ ਤੇ ਕੇਂਦਰਿਤ ਕਰੋ। ਲੀਡਰ ਯਾਰ ਬੈਠ ਜਾਓ, ਆਪਾਂ ਤੁਹਾਡੇ ਲਈ ਇਹ ਚਰਚਾ ਕਰ ਰਹੇ, ਕਿਸੇ ਹੋਰ ਲਈ ਨਹੀਂ, ਤੁਹਾਡੇ ਲਈ ਚਰਚਾ ਕਰ ਰਹੇ ਹਾਂ। ਆ ਯਾਰ ਅੱਗੇ ਪਿੱਛੇ ਨਾ ਹੋ ਪਲੀਜ਼, ਪਿੱਛੇ ਵੀ ਤੁਹਾਡੇ ਦੇ ਲੋਕ ਬੈਠੇ।